ਗੂਗਲ ਮੈਪਸ 'ਚ ਆਈ ਅਮਿਤਾਭ ਦੀ ਮੂਰਤੀ। ਨਿਊ ਜਰਸੀ 'ਚ ਘਰ ਦੇ ਬਾਹਰ ਬਣਾਈ ਬੱਚਨ ਦੀ ਮੂਰਤੀ। ਅਮੈਰੀਕਾ ਦੇ ਨਿਊ ਜਰਸੀ 'ਚ ਭਾਰਤੀ ਵੰਸ਼ੀ ਕਾਰੋਬਾਰੀ ਵੱਲੋਂ ਘਰ ਦੇ ਬਾਹਰ ਸਥਾਪਿਤ ਕੀਤੀ ਗਈ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੀ ਆਦਮਕਦ ਮੂਰਤੀ ਨੂੰ ਗੂਗਲ ਨੇ ਸੈਲਾਨੀਆਂ ਦੇ ਆਕਰਸ਼ਣ ਦੇ ਕੇਂਦਰ ਵਜੋਂ ਸੂਚੀਬੱਧ ਕੀਤਾ ਹੈ। ਭਾਰਤ ਵੰਸ਼ੀ ਗੋਪੀ ਸੇਠ ਨੇ ਇਹ ਮੂਰਤੀ 2022 ਦੇ ਵਿੱਚ ਸਥਾਪਿਤ ਕੀਤੀ ਸੀ। ਉਹਨਾਂ ਕਿਹਾ ਕਿ ਇਸ ਮੂਰਤੀ ਦੇ ਕਾਰਨ ਸਾਡਾ ਘਰ ਮਸ਼ਹੂਰ ਸੈਲਾਨੀ ਦੇ ਆਕਰਸ਼ਣ 'ਚੋਂ ਇੱਕ ਬਣ ਗਿਆ। ਗੂਗਲ ਸਰਚ ਵੱਲੋਂ ਮਾਨਤਾ ਪ੍ਰਾਪਤ ਇਹ ਥਾਂ ਹਰ ਦਿਨ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਸੇਠ ਨੇ ਇਹ ਵੀ ਕਿਹਾ ਕਿ ਇਸ ਦੀ ਸਥਾਪਨਾ ਤੋਂ ਬਾਅਦ ਤੋਂ ਹੀ ਲਗਾਤਾਰ ਪ੍ਰਸ਼ੰਸਕ ਇੱਥੇ ਆ ਰਹੇ ਨੇ। ਉਹ ਤਸਵੀਰਾਂ ਤੇ ਸੈਲਫੀਆਂ ਲੈਂਦੇ ਨੇ, ਇੰਸਟਾਗ੍ਰਾਮ ਤੇ ਐਕਸ ਤੇ ਪੋਸਟ ਕਰਦੇ ਨੇ। ਇੱਥੇ ਆਉਣ ਵਾਲਿਆਂ 'ਚ ਵਿਸ਼ਵ ਭਰ ਦੇ ਲੋਕ ਸ਼ਾਮਲ ਨੇ। ਰੋਜ਼ਾਨਾ 20 ਤੋਂ 25 ਪਰਿਵਾਰ ਇੱਥੇ ਆਉਂਦੇ ਨੇ। ਇੱਥੇ ਆਉਣ ਵਾਲੇ ਉਹਨਾਂ ਦੇ ਫੈਨ ਮਹਾਨ ਅਦਾਕਾਰ ਦੇ ਨਾਂ ਨਾਲ ਗ੍ਰੀਟਿੰਗ ਤੇ ਪੱਤਰ ਛੱਡਦੇ ਨੇ। ਕਈ ਪ੍ਰਸ਼ੰਸਕ ਆਪਣੇ ਤਜਰਬਿਆਂ ਸੰਬੰਧਿਤ ਵੀਡੀਓ, ਤਸਵੀਰ ਤੇ ਟਵੀਟ ਪੋਸਟ ਕਰਦੇ ਨੇ। ਇਹਨਾਂ ਪੋਸਟਾਂ ਨੇ ਇਸ ਪਾਸੋਂ ਹੋਰ ਧਿਆਨ ਆਕਰਸ਼ਿਤ ਕੀਤਾ ਤੇ ਇਸ ਨੂੰ ਇੰਟਰਨੈਟ ਤੇ ਟ੍ਰੈਂਡਿੰਗ ਡੈਸਟੀਨੇਸ਼ਨ ਬਣਾ ਦਿੱਤਾ ਹੈ। ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਗੂਗਲ ਮੈਪਸ ਨੇ ਅਮਿਤਾਭ ਦੀ ਮੂਰਤੀ ਜਿਹੜੀ ਹੈ ਰਜਿਸਟਰਡ ਹੋ ਚੁੱਕੀ ਹੈ।